ਹੁਣ ਇਹਨਾਂ ਕਾਰਗੋ ਬਕਸਿਆਂ ਨੂੰ ਹੀ ਲੈ ਲਓ। ਲੱਗਦਾ ਇਹਨਾਂ ਦੀ ਜ਼ਿੰਦਗੀ ਵਿੱਚ ਕੁਝ ਘਾਟ ਹੈ। ਇਹਨਾਂ ਦੀਆਂ ਕੁਝ ਸਦਰਾਂ ਹਨ, ਕੁਝ ਪਰੇਸ਼ਾਨੀਆਂ ਹਨ। ਸੁਣਦੇ ਹਾਂ ਇਹਨਾਂ ਦੇ ਦਿਲ ਦਾ ਹਾਲ। ਅੱਜ ਮੌਕਾ ਵੀ ਹੈ ਕਿਉਂਕਿ ਇਹਨਾਂ ਦੀ ਮਹਿਫਿਲ ਅੱਜ ਪੂਰੀ ਜੰਮੀ ਹੋਈ ਹੈ। ਓਫੋ, ਮੈਂ ਅੱਕ ਚੁੱਕੀ ਹਾਂ ਉਹਨਾਂ ਪੁਰਾਣੇ ਹੌਲੀ ਹੌਲੀ ਚੱਲਣ ਵਾਲੇ ਮਿੰਨੀ ਟਰੱਕਾਂ ਤੋਂ ਜੋ ਭੀੜੀ ਗਲੀ ਵੇਖਦੇ ਹੀ ਘਬਰਾ ਜਾਂਦੇ ਨੇ। ਇਹ ਸਹੀ ਕਹਿ ਰਹੀ ਹੈ, ਸਾਨੂੰ ਵੀ ਚਾਹੀਦੀ ਹੈ ਹੁਣ ਕੋਈ ਦਮਦਾਰ ਧਮਾਕੇਦਾਰ ਜਿਹੀ ਗੱਡੀ ਜੋ ਹਰ ਇੱਕ ਰਾਹ ਤੇ ਸਾਡੇ ਜਜ਼ਬਿਆਂ ਦਾ ਪੂਰੀ ਤਰ੍ਹਾਂ ਖਿਆਲ ਰੱਖੇ। ਯਾਰੋ, ਮੈਨੂੰ ਇਸ ਡੀਜ਼ਲ ਦੀ ਬਦਬੂ ਨਾਲ ਨਫ਼ਰਤ ਹੈ ਅਤੇ ਇਹ ਮਿੰਨੀ ਟਰੱਕ ਜਦੋਂ ਵਾਰ ਵਾਰ ਡੀਜ਼ਲ ਪੰਪ ਤੇ ਰੁਕਦੇ ਨੇ ਨਾ ਤਾਂ ਮੇਰਾ ਨਾ ਦਿਮਾਗ ਖਰਾਬ ਹੋ ਜਾਂਦਾ ਹੈ। ਤੇ ਮੈਨੂੰ ਨਾ ਖਾਸ ਕਰਕੇ ਮਿੰਨੀ ਟਰੱਕ ਦੇ ਆਲਤੂ ਫਾਲਤੂ ਮਾਡਲ ਦੇਖ ਕੇ ਹੁਣ ਉਲਟੀਆਂ ਕਰਨ ਨੂੰ ਜੀ ਕਰਦਾ ਹੈ। ਐਕਚੁਅਲੀ ਯਾਰ, ਬ੍ਰਦਰਸ ਐਂਡ ਡਾਰਲਿੰਗਸ, ਤੁਸੀਂ ਸਾਰੇ ਜਣੇ ਕਿਹੜੇ ਜ਼ਮਾਨੇ 'ਚ ਰਹਿੰਦੇ ਹੋ? ਲੱਗਦਾ ਹੈ ਤੁਸੀਂ ਸਭ ਨੇ ਇੱਕ ਨਵੀਂ ਧਮਾਕੇਦਾਰ ਨਿਊਜ਼ ਨਹੀਂ ਸੁਣੀ? ਤੁਹਾਡੇ ਸਭ ਦੇ ਅਰਮਾਨਾਂ ਤੇ ਸੁਪਨਿਆਂ ਤੇ ਇੱਕਦਮ ਖਰਾ ਉਤਰਨ ਵਾਲਾ ਮਹਿੰਦਰਾ ਦਾ ਸੁਪਰੋ ਮੈਕਸੀ ਟਰੱਕ ਬਾਜ਼ਾਰ ਵਿੱਚ ਆ ਚੁੱਕਿਆ ਹੈ। ਮਹਿੰਦਰਾ ਦਾ ਨਵਾਂ ਮੈਕਸੀ ਟਰੱਕ ਸੁਪਰੋ। ਆ ਜਾਓ ਯਾਰੋ, ਅੱਜ ਤੋਂ ਖਤਮ ਹੋ ਜਾਣਗੀਆਂ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਤਕਲੀਫਾਂ।